ਇਟਲੀ ਦੇ ਵਿੱਚ ਰਹਿਣਾ ਤੇ ਇਟਾਲੀਅਨ ਤੇ ਬੋਲਣੀ ਹੀ ਪੈਣੀ ਹੈ। ਇਟਲੀ ਦੇ ਵਿੱਚ ਰਹਿਣਾ ਇਟਾਲੀਅਨ ਬੋਲਣੀ ਪੈਣੀ ਹੈ ਸਿਰਫ ਬਾਹਰਲੇ ਬੰਦਿਆਂ ਨੂੰ ਨਹੀਂ ਜੋ ਇਟਲੀ ਦੇ ਵਿੱਚ ਰਹਿ ਰਹੇ ਨੇ ਉਹਨਾਂ ਦੇ ਲਈ ਵੀ। ਇਸ ਟਾਈਮ ਫਰਾਤੇਲੀ ਦੀ ਇਟਾਲੀਅਨ ਇੱਕ ਨਵਾਂ ਕਾਨੂੰਨ ਪਾਸ ਕਰਨ ਬਾਰੇ ਗੱਲਬਾਤ ਚੱਲ ਰਹੀ ਹੈ। ਇਹ ਜੋ ਕਾਨੂੰਨ ਹੈ ਇਸ ਦੇ ਵਿੱਚ ਕਿਹਾ ਗਿਆ ਕਿ 5000 ਯਰੋ ਤੋਂ ਲੈ ਕੇ 1 ਲੱਖ ਯਰੋ ਤੱਕ ਦਾ ਜੁਰਮਾਨਾ ਕੀਤਾ ਜਾਊਗਾ ਜੇਕਰ ਇਟਾਲੀਅਨ ਬੋਲੀ ਦਾ ਇਟਾਲੀਅਨ ਪਾਸ਼ਾ ਦੀ ਵਰਤੋਂ ਨਾ ਕੀਤੀ ਜਾਵੇ। ਕਿਸੇ ਵੀ ਤਰ੍ਹਾਂ ਦੀ ਕਮਿਊਨੀਕੇਸ਼ਨ ਕਿਸੇ ਵੀ ਤਰ੍ਹਾਂ ਦਾ ਫਰਮਾਨ ਟੋਟਲੀ ਇਟਾਲੀਨ ਦੇ ਵਿੱਚ ਹੋਣਾ ਚਾਹੀਦਾ ਜਿੰਨੀਆਂ ਵੀ ਫੈਕਟਰੀਆਂ ਨੇ ਉਹਨਾਂ ਦੇ ਵਿੱਚ ਜਿਹੜੇ ਵੀ ਰੋਲ ਨੇ ਉਹਨਾਂ ਦੇ ਨਾਮ ਇਟਾਲੀਨ ਦੇ ਵਿੱਚ ਹੋਣੇ ਚਾਹੀਦੇ ਜੇਕਰ ਕੋਈ ਕਮਿਊਨੀਕੇਸ਼ਨ ਉਸ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਬਾਹਰਲਾ ਇੰਗਲਿਸ਼ ਫ੍ਰੈਂਚ ਇੰਗਲਿਸ਼ ਹੋਵੇ ਫ੍ਰੈਂਚ ਹੋਵੇ ਸਪੈਨਿਸ਼ ਹੋਵੇ ਜਾਂ ਕਿਸੇ ਵੀ ਹੋਰ ਭਾਸ਼ਾ ਦਾ ਪ੍ਰਯੋਗ ਨਹੀਂ ਕੀਤਾ ਜਾਊਗਾ ਸਿਰਫ ਉਹੀ ਸ਼ਬਦ ਦਾ ਪ੍ਰਯੋਗ ਕੀਤਾ ਜਾਊਗਾ ਜਿਸ ਦੀ ਇਟਾਲੀਅਨ ਦੇ ਵਿੱਚ ਟ੍ਰਾਂਸਲੇਸ਼ਨ ਨਹੀਂ ਹੈ ਜੇਕਰ ਇਹ ਕਾਨੂੰਨ ਪਾਸ ਹੋ ਜਾਂਦਾ ਹੈ 5000 ਯਰੋ ਤੋਂ ਲੈ ਕੇ 1 ਲੱਖ ਯਰੋ ਤੱਕ ਜੁਰਮਾਨਾ ਕੀਤਾ ਜਾਊਗਾ ਕਾਰਨ ਮੈਲੋਨੀ ਦੀ ਸਰਕਾਰ ਮੌਜੂਦਾ ਸਰਕਾਰ ਇਹ ਕਹਿ ਰਹੀ ਹੈ ਕਿ ਅਸੀਂ ਆਪਣੀ ਮਾਂ ਬੋਲੀ ਨੂੰ ਸਾਂਭ ਕੇ ਰੱਖਣਾ ਇਸ ਦੇ ਵਿੱਚ ਇਟਾਲੀਅਨ ਦੇ ਵਿੱਚ ਬਹੁਤ ਸਾਰੇ ਇਦਾਂ ਦੇ ਸ਼ਬਦ ਰਲ ਗਏ ਨੇ ਜੋ ਕਿ ਹੌਲੀ-ਹੌਲੀ ਇਟਾਲੀਅਨ ਭਾਸ਼ਾ ਦੇ ਜਿਹੜੇ ਸ਼ਬਦ ਨੇ ਉਹਨਾਂ ਨੂੰ ਖਾ ਰਹੇ ਨੇ ਰੋਜ਼ਮਰਰਾ ਦੀ ਜ਼ਿੰਦਗੀ ਦੇ ਵਿੱਚ ਇਹ ਜਿਹੜੇ ਸ਼ਬਦ ਜਗ੍ਹਾ ਲੈ ਰਹੇ ਨੇ ਇਸ ਟਾਈਮ ਟੋਟਲ 8 ਆਰਟੀਕਲ ਲਿਖੇ ਗਏ ਨੇ 8 ਧਾਰਾਵਾਂ ਨੇ ਇਸ ਕਾਨੂੰਨ ਦੇ ਵਿੱਚ ਫਿਲਹਾਲ ਪਾਸ ਨਹੀਂ ਹੋਇਆ ਪਰ ਜੇਕਰ ਪਾਸ ਹੋ ਜਾਂਦਾ ਤਾਂ 5000 ਯਰੋ ਤੋਂ ਲੈ ਕੇ 1 ਲੱਖ ਦਾ ਜੁਰਮਾਨਾ ਹੋਊਗਾ ਅਸੀਂ ਜਿਹੜਾ ਆਮ ਆਮ ਰੋਜ਼ਮਰਰਾ ਦੀ ਜ਼ਿੰਦਗੀ ਦੇ ਵਿੱਚ ਆਪਣੀ ਭਾਸ਼ਾ ਚ ਗੱਲ ਕਰਦੇ ਆ ਉਹਦੇ ਲਈ ਜੁਰਮਾਨਾ ਨਹੀਂ ਹੋਣਾ ਕਮਿਊਨੀਕੇਸ਼ਨਾਂ ਦੇ ਵਿੱਚ ਸਿਰਫ ਇਟਾਲੀਅਨ ਭਾਸ਼ਾ ਹੀ ਯੂਜ਼ ਕੀਤੀ ਜਾ ਸਕਦੀ ਹੈ